ਖਾਣੇ ਪੰਜਾਬੀ ਖਾਣੇ ਨੂੰ ਪਸੰਦ ਕਰਦਾ, ਪੰਜਾਬੀ ਸੰਗੀਤ ਨੂੰ ਪਸੰਦ ਕਰਦਾ, ਪੰਜਾਬੀ ਲੋਕਾਂ ਦਾ ਨੇਚਰ ਸੁਭਾਅ ਉਹਨੂੰ ਬਹੁਤ ਬਹੁਤ ਪਸੰਦ ਕਰਦਾ। ਮੇਰਾ ਨਾਂ ਸਟੀਵਨ ਗੁਚਾਰਦੀ ਹੈ। ਸਾਰੇ ਪੰਜਾਬੀ ਦੋਸਤ ਸਨ ਅਤੇ ਮੈਂ ਸੋਚਿਆ ਮੈਨੂੰ ਪੰਜਾਬੀ ਵੀ ਸਿੱਖਣੀ ਚਾਹੀਦੀ। ਅਸਲਾਮੁਅਲੈਕੁਮ। ਅਮਰੀਕਾ ਦਾ ਇੱਕ ਅੰਗਰੇਜ਼ ਬਹੁਤ ਹੀ ਸੋਹਣੀ ਪੰਜਾਬੀ ਬੋਲਦਾ ਹੈ। ਉਹਨੇ ਪੰਜਾਬੀ ਜ਼ਬਾਨ ਕਿਉਂ ਸਿੱਖੀ ਉਹ ਆਪਣੇ ਇੱਕ ਇੰਟਰਵਿਊ ਦੇ ਵਿੱਚ ਪੰਜਾਬੀ ਦੇ ਵਿੱਚ ਦੱਸ ਰਿਹਾ ਹੈ। ਖੈਰ ਪਹਿਲਾਂ ਤਾਂ ਆਪਾਂ ਉਹਨਾਂ ਦਾ ਇੰਟਰਵਿਊ ਸੁਣ ਲੈਂਦੇ ਹਾਂ, ਫਿਰ ਕਰਦੇ ਹਾਂ ਗੱਲਬਾਤ। ਗੋ। ਮੇਰਾ ਨਾਮ ਸਟੀਵਨ ਗੁਚਾਰਦੀ ਹੈ ਅਤੇ ਤੁਸੀਂ ਮੈਨੂੰ ਵੇਖ ਰਹੇ ਹੋ desiblitz.com ਤੇ। ਅੱਛਾ, ਸ਼ਾਇਦ ਸਾਲ ਸ਼ਾਇਦ 2007 ਸੀ, ਨਹੀਂ 2006, ਅਤੇ ਉਸ ਟਾਈਮ ਮੈਂ ਹਿੰਦੀ ਪੜ੍ਹਦਾ ਸੀ, ਪਰ ਮੈਂ ਸੋਚਿਆ ਮੇਰੇ ਆਲੇ ਦੁਆਲੇ ਬਹੁਤ ਸਾਰੇ ਪੰਜਾਬੀ ਲੋਕ ਰਹਿੰਦੇ ਨੇ, ਤਾਂ ਰਸਤੇ ਬਹੁਤ ਸਾਰੇ ਪੰਜਾਬੀ ਲੋਕ ਰਹਿੰਦੇ ਨੇ। ਮਿਸਿਸ ਆਗਰ ਦੇ ਕੋਲ ਬਰੈਂਪਟਨ ਹੈ, ਸ਼ਾਇਦ ਤੁਸੀਂ ਬਰੈਂਪਟਨ ਦੇ ਬਾਰੇ ਸੁਣਿਆ, ਬਰੈਂਪਟਨ ਵੈਸਟ ਬ੍ਰਾਮ ਵਰਗਾ ਹੈ, ਕਾਫੀ ਪੰਜਾਬੀ ਲੋਕ ਉੱਥੇ ਰਹਿੰਦੇ ਨੇ ਨਾ। ਸੋ ਮੇਰੇ ਬਹੁਤ ਸਾਰੇ ਪੰਜਾਬੀ ਦੋਸਤ ਸਨ ਅਤੇ ਮੈਂ ਸੋਚਿਆ ਮੈਨੂੰ ਪੰਜਾਬੀ ਵੀ ਸਿੱਖਣੀ ਚਾਹੀਦੀ। ਸੋ ਮੈਂ ਪੰਜਾਬੀ ਪੜ੍ਹਦਾ ਸੀ ਵੀਕਐਂਡ ਕਲਾਸਿਸ ਵਿੱਚ, ਪਰ ਮੈਂ ਹੋਮਵਰਕ ਨਹੀਂ ਕਰ ਸਕਦਾ ਸੀ ਕਿਉਂਕਿ ਮੇਰੇ ਪੇਰੈਂਟਸ ਪੰਜਾਬੀ ਨਹੀਂ ਸਨ, ਉਹ ਮੇਰੀ ਮਦਦ ਨਹੀਂ ਕਰ ਸਕਦੇ ਸਨ। ਸੋ ਸ਼ਾਇਦ 2-3 ਸਾਲ ਤੋਂ ਬਾਅਦ ਮੈਂ ਯੂਨੀਵਰਸਿਟੀ ਆਫ ਟੋਰਾਂਟੋ ਵਿੱਚ ਪੜ੍ਹਦਾ ਸੀ, ਉੱਥੇ ਹਿੰਦੀ ਪੜ੍ਹਦਾ ਸੀ, ਸੰਸਕ੍ਰਿਤ ਪੜ੍ਹਦਾ ਸੀ, ਅਤੇ ਮੈਂ ਸੋਚਿਆ ਮੈਂ ਭਾਰਤ ਜਾਣਾ ਚਾਹੁੰਦਾ ਅਤੇ ਇਸ ਵਾਰ ਮੈਂ ਪੰਜਾਬੀ ਸਿੱਖਣਾ ਚਾਹੁੰਦਾ। ਸੋ ਮੈਂ ਪੰਜਾਬੀ ਪਟਿਆਲਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਗਿਆ ਅਤੇ ਉੱਥੇ ਪੰਜਾਬੀ ਦਾ ਇੱਕ ਸਾਲ ਦਾ ਕੋਰਸ ਕੀਤਾ। ਮੈਂ ਅਕਸਰ ਆਪਣੀ ਵੋਟੀ ਨੂੰ ਦੱਸਦਾ ਕਿ ਅਭਿਆਸ ਦੀ ਲੋੜ ਹੈ, ਪ੍ਰੈਕਟਿਸ ਦੀ ਲੋੜ ਹੈ। ਮੈਂ ਸਬਵੇ 'ਚ ਕਲਾਸਿਸ ਜਾਣਦਾ ਸੀ ਅਤੇ ਉਸ ਵੇਲੇ ਮੈਂ ਟੱਟ ਟੱਟਾ ਬੋਲਦਾ ਸੀ, ਟੱਟ ਟੱਟਾ ਆਣਾ ਆਣਾ ਵਗੈਰਾ ਪ੍ਰੈਕਟਿਸ ਕਰਨ ਲਈ। ਸ਼ਾਇਦ 2 ਸਾਲ ਲੱਗੇ, 3 ਸਾਲ। ਡਸ ਯੂਰ ਵਾਈਫ ਹੈਲਪ ਯੂ? ਡਸ ਸ਼ੀ ਸਪੀਕ ਲੈਂਗੁਏਜ? ਜੀ, ਪਰ ਨਹੀਂ, ਉਹ ਪੰਜਾਬੀ ਨਹੀਂ ਬੋਲ ਸਕਦੀ। ਦੱਸਦੀ ਹੈ ਕਿ ਪੰਜਾਬੀ ਬੋਲ ਸਕਦੀ ਹੈ, ਪਰ ਇੱਦਾਂ ਨਹੀਂ। ਦਿੱਲੀ ਦੇ ਵਿੱਚ ਸਾਰੇ ਲੋਕ ਦੱਸਦੇ ਨੇ ਕਿ ਹਾਂ ਸਾਨੂੰ ਪੰਜਾਬੀ ਆਉਂਦੀ ਹੈ, ਪਰ ਪੰਜਾਬੀ ਚੰਗੀ ਤਰ੍ਹਾਂ ਨਹੀਂ ਆਉਂਦੀ। ਉਹ ਹਿੰਦੀ ਬੋਲ ਸਕਦੀ ਹੈ ਅਤੇ ਹਿੰਦੀ ਦੇ ਵਿੱਚ ਉਹ ਕਈ ਪੰਜਾਬੀ ਸ਼ਬਦ ਪਾਉਂਦੀ ਹੈ, ਜਿਵੇਂ ਤੁਸੀਂ, ਚੰਗਾ ਵਗੈਰਾ। ਸੋ ਅੱਜ ਕੱਲ੍ਹ ਮੈਂ ਰੋਜ਼ ਰੋਜ਼ ਹਿੰਦੀ ਵਿੱਚ ਗੱਲ ਕਰਦਾ, ਪਰ ਪੰਜਾਬੀ ਨਹੀਂ, ਮੇਰੀ ਪੰਜਾਬੀ ਥੋੜ੍ਹੀ ਰਸਤੀ ਹੋ ਰਹੀ ਹੈ। ਪਟਿਆਲਾ ਦਾ ਬਹੁਤ ਹੀ ਵੱਡਾ ਫੈਨ ਆ, ਆਈ ਰੀਅਲੀ ਲਵ ਪਟਿਆਲਾ, ਬਹੁਤ ਹੀ ਵਧੀਆ ਸ਼ਹਿਰ ਹੈ, ਬਹੁਤ ਇਤਿਹਾਸਿਕ ਥਾਵਾਂ ਨੇ ਉੱਥੇ, ਬਹੁਤ ਦੇਖਣ ਵਾਲੀਆਂ ਚੀਜ਼ਾਂ। ਸੋ ਯਾ, ਆਈ ਵੁੱਡ ਸੇ ਮਾਲਵਾਈ। ਹਾਊ ਡੂ ਪੀਪਲ ਰਿਐਕਟ ਟੂ ਹੀਅਰਿੰਗ ਯੂ ਸਪੀਕ ਇਨ ਪੰਜਾਬੀ ਐਂਡ ਹਿੰਦੀ? ਖੁਸ਼ ਹੋ ਜਾਂਦੇ ਨੇ, ਬਹੁਤ ਖੁਸ਼ ਹੋ ਜਾਂਦੇ ਨੇ। ਪੰਜਾਬੀ ਲੋਕ, ਦੇਸੀ ਲੋਕ ਬਹੁਤ, ਪਤਾ ਨਹੀਂ ਕਿਵੇਂ ਦੱਸ ਸਕਦਾ, ਵੈਰੀ ਵਾਰਮ, ਵੈਰੀ ਓਪਨ, ਖੁੱਲ੍ਹੇ। ਜਦੋਂ ਮੈਂ ਪੰਜਾਬੀ ਵਿੱਚ ਗੱਲ ਕਰਨ ਲੱਗਦਾ ਮੁਸਕਰਾਉਂਦੇ ਨੇ, ਹੱਸਦੇ ਨੇ, ਵਧੀਆ ਚੀਜ਼ ਹੈ। ਖਾਣੇ, ਪੰਜਾਬੀ ਖਾਣੇ ਨੂੰ ਪਸੰਦ ਕਰਦਾ, ਪੰਜਾਬੀ ਸੰਗੀਤ ਨੂੰ ਪਸੰਦ ਕਰਦਾ, ਪੰਜਾਬੀ ਲੋਕਾਂ ਦਾ ਨੇਚਰ ਸੁਭਾਅ ਉਹਨੂੰ ਬਹੁਤ ਬਹੁਤ ਪਸੰਦ ਕਰਦਾ। ਇਨ ਟਰਮਸ ਆਫ ਮਿਊਜ਼ਿਕ, you listen to Punjabi music? Ji bilkul, ha. Which songs do you like? Darasal lok sangeet nu bahut pasand karda, so all folk music, ji mein wo purane artists Alam Lohar, Arif Lohar wagaira, Gurdas Maan ke purane gaane. ਉਸ ਤੋਂ ਇਲਾਵਾ ਅੱਜ ਕੱਲ੍ਹ ਮੈਂ ਕੁਲਵਿੰਦਰ ਬਿੱਲਾ ਨੂੰ ਬਹੁਤ ਪਸੰਦ ਕਰਦਾ। ਮੈਂ ਕੁਲਵਿੰਦਰ ਬਿੱਲਾ ਦੇ ਨਾਲ ਹੀ ਰਹਿੰਦਾ ਸੀ ਪੰਜਾਬੀ ਪਟਿਆਲਾ ਯੂਨੀਵਰਸਿਟੀ ਵਿੱਚ, ਉਹ ਹੋਸਟਲ ਵਿੱਚ, ਉਹ ਮੇਰਾ ਫਲੋਰ ਮੇਟ ਸੀ ਹੋਸਟਲ ਵਿੱਚ। ਸੋ
ਹਾਂ ਉਸਦਾ ਸੰਗੀਤ ਬਹੁਤ ਵਧੀਆ ਹੈ, ਬਹੁਤ ਪਸੰਦ ਕਰਦਾ ਉਹ ਸਾਰੇ ਜਿਵੇਂ ਬਠਿੰਡਾ ਪਟਿਆਲਾ ਹਾਂ ਲੁਧਿਆਣਾ ਅੰਮ੍ਰਿਤਸਰ ਅੰਮ੍ਰਿਤਸਰ ਦੇ ਕੋਲ ਮੈਂ ਇੱਕ ਪਿੰਡ 'ਚ ਰਹਿੰਦਾ ਸੀ ਇੱਕ ਮਹੀਨੇ ਲਈ ਉਸ ਤੋਂ ਇਲਾਵਾ ਰੋਪੜ ਜ਼ੀਰਕਪੁਰ ਚੰਡੀਗੜ੍ਹ ਦੇ ਕੋਲ ਹਾਂ And did you go out when you was in Chandigarh? The nightlife, is it similar? Haan, main ek do baar main Chandigarh nahi kyunki utthe mera koi kamra nahi si, koi room nahi si, so nightlife tak nahi kiya. I didn't really do much nightlife. There's a lot of thises in Canada as well. What are the thises like over there compared to the thises here in the UK? Oh, bahut badhiya sawal hai. Pata nahi, shayad Canada ich ਦੇਸੀ ਲੋਕ ਫਿਰ ਵੀ ਮਤਲਬ ਆ ਰਹੇ ਨੇ, ਜੋ ਇਮੀਗ੍ਰੇਸ਼ਨ ਜੋ ਚੱਲ ਰਿਹਾ ਹੈ ਬਹੁਤ ਹੈ ਅਜੇ ਵੀ, ਪਰ ਮੈਨੂੰ ਲੱਗਦਾ ਹੈ ਕਿ UK ਦੇ ਵਿੱਚ ਥੋੜ੍ਹਾ ਜਿਹਾ ਘੱਟ ਹੋ ਗਿਆ ਹੈ, ਪਤਾ ਨਹੀਂ ਸਟੈਟਿਸਟਿਕਸ ਵਗੈਰਾ ਨਹੀਂ ਜਾਣਦਾ. ਕੈਨੇਡਾ ਵਿੱਚ ਬਹੁਤ ਜਵਾਨ ਪੰਜਾਬੀ ਵਿਦਿਆਰਥੀ ਰਹਿੰਦੇ ਨੇ, ਉੱਥੇ ਪੜ੍ਹਦੇ ਨੇ, ਕਾਲਜਿਸ ਦੇ ਵਿੱਚ ਪੜ੍ਹਦੇ ਨੇ, ਸੋ ਜੋ ਕਲਚਰ ਹੈ ਬਹੁਤ ਫਰੈਸ਼ ਹੈ, ਬਹੁਤ ਭਾਰਤੀ ਹੈ. ਇੱਥੇ ਬਹੁਤ ਹੀ ਇੰਡੀਜੀਨਸ ਹੋ ਗਿਆ ਹੈ, ਜਿਵੇਂ ਕਿ ਮਤਲਬ ਬ੍ਰਿਟਿਸ਼ ਏਸ਼ੀਅਨ ਕਲਚਰ ਹੈ ਇੱਥੇ. ਕੈਨੇਡਾ ਵਿੱਚ ਮੈਨੂੰ ਲੱਗਦਾ ਹੈ ਕਿ ਕੈਨੇਡੀਅਨ ਏਸ਼ੀਅਨ ਕਲਚਰ ਅਜੇ ਵੀ ਜਵਾਨ ਹੈ, ਇਟਸ ਸਟਿਲ ਯੰਗ, ਇਟਸ ਸਟਿਲ ਡਿਵੈਲਪਿੰਗ, ਪਰ ਬਹੁਤ ਬਹੁਤ ਸਾਰੇ ਮਸ਼ਹੂਰ ਕੈਨੇਡੀਅਨ ਦੇਸੀ ਲੋਕ ਹੈ ਅੱਜ ਕੱਲ੍ਹ, ਜਿਵੇਂ ਕਿ ਜਸ ਰੇਨ, ਲਿਲੀ ਸਿੰਘ, ਹਾਂ ਦੇਰ ਇਸ ਕੁਆਇਟ ਅ ਫਿਊ. ਸੋ ਆਈ ਥਿੰਕ ਦ ਕਲਚਰ ਇਜ਼ ਰੀਅਲੀ ਟੇਕਿੰਗ ਆਫ ਓਵਰ ਦ ਲਾਸਟ ਫਿਊ ਈਅਰਸ. So are you fans of people like Just Rain? I've been in some of Just Rain's videos. I'm a big fan of Just Rain's. Yeah, wonderful guy, very nice guy. Wonderful guy. Ji Punjabi bolda, Punjabi padda, likhda. Ajkal sahit nahi padda par khabran padda, I read the news daily. Daily nahi, shayad weekly. ਅੱਜਕੱਲ ਹਾਂ. So you like to keep in touch with the culture? Ji bilkul bilkul. How often do you get to go back to or get to go to Punjab? Punjab pichli baar shayad 2013 ch si, main ek pind gaya si ek dost de naal maji dialect sikhne waste, par ਮੈਂ ਹਰ ਸਾਲ ਦਿੱਲੀ ਜਾਣਦਾ ਕਿਉਂਕਿ ਮੇਰੀ ਵੋਟੀ ਨਾ ਉਸਦਾ ਪਰਿਵਾਰ ਉੱਥੇ ਹੀ ਹੈ. ਹਾਊ ਡੂ ਦੀ ਇਨ-ਲੌਜ਼ ਟ੍ਰੀਟ ਯੂ? ਵਧੀਆ ਤਰ੍ਹਾਂ. ਉਹ ਬਹੁਤ ਖੁਸ਼ ਨੇ ਕਿ ਮੈਂ ਹਿੰਦੀ ਬੋਲ ਸਕਦਾ, ਉਹਨਾਂ ਦਾ ਸੱਭਿਆਚਾਰ ਸਮਝ ਸਕਦਾ, ਕਿ ਮੈਂ ਭਾਰਤੀ ਖਾਣਾ ਨੂੰ ਪਸੰਦ ਕਰਦਾ ਵਗੈਰਾ. ਬਹੁਤ ਖੁਸ਼ ਨੇ, ਬਹੁਤ ਦੇ ਵੈਰੀ ਹੈਪੀ ਅਬਾਊਟ ਦਿਸ ਸਿਚੁਏਸ਼ਨ. ਦਾ ਰਿਸ਼ਤਾ ਸਾਡਾ ਵਿਆਹ ਪਿਛਲੇ ਸਾਲ ਹੋ ਗਿਆ Marchich, so anniversary is coming up soon. Have you met other people similar to yourself who also speak Punjabi or Hindi or know the culture well? Ji Hindi bilkul, kyunki bahut sare Canadians, Americans vagera Hindi padhte hain, wo common ho gaya hai. University de ch mere bahut sare dost san jo Hindi padhte si, par Punjabi di popularity thodi ghat hai. ਪਰ ਮੈਨੂੰ ਲੱਗਦਾ ਕਿ ਪੰਜਾਬੀ ਕਲਚਰ ਬਹੁਤ ਮਸ਼ਹੂਰ ਹੋ ਗਿਆ ਹੈ, ਖਾਸ ਤੌਰ 'ਤੇ ਕੈਨੇਡਾ 'ਚ ਸਿੱਖ ਲੋਕਾਂ ਦਾ ਪੋਜੀਸ਼ਨ ਦਾ ਫੇਮ ਵੱਧ ਗਿਆ ਹੈ. ਸੋ ਮੈਨੂੰ ਲੱਗਦਾ ਕਿ ਸ਼ਾਇਦ ਪੰਜਾਬੀ ਲੈਂਗੁਏਜ ਦਾ ਸ਼ੀਕ ਫੈਕਟਰ ਵੱਧ ਰਿਹਾ ਹੈ ਦਿਨ ਬ ਦਿਨ.
ਹਾਂ ਮੈਂ ਅੰਗਰੇਜ਼ੀ 'ਚ ਜਵਾਬ ਦੇਵਾਂਗਾ ਆਈ ਥਿੰਕ ਮੇ ਬੀ ਕੈਨੇਡੀਅਨ ਮਲਟੀਕਲਚਰਲਿਜ਼ਮ ਪਾਲਿਸੀ ਪਰਹੈਪਸ ਮੇਕਸ ਇਟ ਈਜ਼ੀਅਰ ਦੈਨ ਇਨ ਸਮ ਅਦਰ ਪਾਰਟਸ ਆਫ ਦ ਵਰਲਡ ਫੋਰ ਕਮਿਊਨਿਟੀਜ਼ ਟੂ ਬਿਕਮ ਅ ਪਾਰਟ ਆਫ ਦ ਮੇਨ ਸਟ੍ਰੀਮ ਐਂਡ ਆਮ ਸ਼ੋਰ ਦੇ ਵੁੱਡ ਬੀ ਸਮ ਹੂ ਵੁੱਡ ਟੇਕ ਇਸ਼ੂ ਵਿਦ ਦੈਟ ਔਰ ਦੇ ਵੁੱਡ ਸੇ ਦੈਟ ਇਟਸ ਨਾਟ ਈਜ਼ੀ ਬਟ ਆਈ ਥਿੰਕ ਸਰਟਨਲੀ ਇਟਸ ਈਜ਼ੀਅਰ than in a lot of other countries. And it's very interesting with the Punjabi community, which I think has reached a point now where they truly have broken into the mainstream. Politically, you've probably seen on the news Jagmeet Singh, also the Defense Minister of Canada, Harjeet Sajjan. So politically, they've broken into the mainstream. I think the image of Sikhs, they've been in large Canadian cities for a few decades now. I think the community's reached a point where it's become very self-confident and self-assured, which is a wonderful, wonderful thing to see, and hopefully for the Punjabi language, a great thing as well. Ek navi bhasha sikhna ek mushkil cheez hai, mushkil kam hai. Mehnat karan di lod hai, roz roz padhna chahida hai. ਬੋਲਣਾ ਚਾਹੀਦਾ ਹੈ ਸ਼ਾਇਦ ਗੁਰਦੁਆਰੇ ਜਾ ਕੇ ਜਾਂ ਮੰਦਰ ਜਾ ਕੇ ਲੋਕਾਂ ਦੇ ਨਾਲ ਗੱਲ ਕਰਨਾ ਉਹ ਬਹੁਤ ਹੀ ਇੰਪੋਰਟੈਂਟ ਹੈ ਪਰ ਮੈਨੂੰ ਲੱਗਦਾ ਕਿ ਇੱਥੇ ਲੋਕ ਆਮ ਤੌਰ 'ਤੇ ਉਹ ਸੋਚਦੇ ਨੇ ਕਿ ਅੱਛਾ ਮੈਨੂੰ ਸਿੱਖਣਾ ਚਾਹੀਦਾ ਹੈ ਵੈਲ ਇਟ ਮੇ ਨਾਟ ਬੀ ਐਨ ਆਬਲੀਗੇਸ਼ਨ ਬਟ ਇਟਸ ਅ ਰਿਵਾਰਡਿੰਗ ਥਿੰਗ ਮਤਲਬ ਕੰਮ ਨਹੀਂ ਹੈ ਡੂ ਇਟ ਫੋਰ ਫਨ ਇੰਜੋਏ ਇਟ ਇਫ ਯੂ ਇੰਜੋਏ ਇਟ ਇਟਲ ਬਿਕਮ ਅ ਲੋਟ ਈਜ਼ੀਅਰ ਐਂਡ it'll proceed a lot faster as well and you'll be more successful. Do you have any favorite Punjabi actors? Darasal mera manpasand Punjabi actor usda naam bhul gaya oh ek cricketer si Yuvraj Singh ni usda pitta oh 1980s de vich oh kafi 1990s vich oh kafi Punjabi films vich acting karda si par ek ਇੱਕ ਫਿਲਮ ਹੈ ਸੂਬੇਦਾਰ ਉਹ ਗੁਰਦਾਸ ਮਾਨ ਉਸ ਫਿਲਮ ਵਿੱਚ ਹੈ ਤੇ ਇੱਕ ਮਸ਼ਹੂਰ ਗਾਣਾ ਹੈ ਦੋਵੇਂ ਜਾਣੀਆਂ ਔਰ ਸਮਥਿੰਗ ਲਾਈਕ ਦੈਟ ਵਾਟ ਇਜ਼ ਦ ਫਿਊਚਰ ਹੋਲਡ ਫਾਰ ਯੂ ਅੱਜ ਕੱਲ੍ਹ ਮੈਂ ਟੈਕਸ ਦਾ ਕੰਮ ਕਰ ਰਿਹਾ ਹਾਂ ਇੱਥੇ ਬਰਮਿੰਗਮ ਵਿੱਚ ਮੈਂ ਦੱਸਿਆ ਸੀ ਕਿ ਮੇਰਾ ਵਿਆਹ ਹੋ ਗਿਆ ਹੈ ਪਤਾ ਨਹੀਂ ਬੱਚੇ ਦੇਖਦੇ ਹਾਂ ਜੀ ਬਿਲਕੁਲ ਟ੍ਰੈਡੀਸ਼ਨਲ ਹਾਂ ਅਕਾਊਂਟਸ ਕਿਡਸ ਵਾਈਫ ਜੀ ਐਗਜ਼ੈਕਟਲੀ ਨਥਿੰਗ ਵੀਡੀਓ ਦੇ ਵਿੱਚ ਆਪਾਂ ਨੇ ਦੇਖਿਆ ਤੇ ਸੁਣਿਆ ਕਿ ਇੱਕ ਦੇਸੀ ਗੋਰਾ ਬਹੁਤ ਹੀ ਵਧੀਆ ਪੰਜਾਬੀ ਬੋਲਦਾ ਹੈ ਓਨੀ ਵਧੀਆ ਪੰਜਾਬੀ ਲਿੰਗਦੇ ਪੰਜਾਬ ਦੇ ਲੋਕ ਨਹੀਂ ਬੋਲਦੇ ਜਿੰਨੀ ਵਧੀਆ ਪੰਜਾਬੀ ਦੇਸੀ ਗੋਰੇ ਨੇ ਬੋਲੀ ਹੈ ਉਹਨਾਂ ਦੀ ਪੰਜਾਬੀ ਸੁਣ ਕੇ ਬਹੁਤ ਵਧੀਆ ਲੱਗਾ ਔਰ ਬਿਲਕੁਲ ਪਿਓਰ ਪੰਜਾਬੀ ਬੋਲਣ ਦੇ ਨੇ ਇੱਕ ਇੱਕ ਲਫ਼ਜ਼ ਜਿਹੜਾ ਉਹਦੀ ਪ੍ਰੋਨਸੀਨੇਸ਼ਨ ਜਿਹੜੀ ਆ ਬਿਲਕੁਲ ਠੀਕ ਹੈ ਦੇਖੋ ਜੀ ਇਹ ਅਮੈਰੀਕਾ ਦੇ ਵਿੱਚ ਪਹਿਲਾ ਬੰਦਾ ਨਹੀਂ ਹੈ ਜਿਹੜਾ ਪੰਜਾਬੀ ਬੋਲਣ ਦਿਆ ਹੈ ਇਹ ਬਹੁਤ ਸਾਰੇ ਅਮੈਰੀਕਨ ਐਸੇ ਹੈਗੇ ਨੇ ਜਿਨ੍ਹਾਂ ਨੇ ਪੰਜਾਬੀ ਜ਼ਬਾਨ ਜਿਹੜੀ ਹੈ ਉਹ ਸਿੱਖੀ ਹੋਈ ਹੈ ਪਿਛਲੇ ਦਿਨੋਂ ਮੈਂ ਇੱਕ ਵੀਡੀਓ ਦੇ ਉੱਤੇ ਰਿਐਕਸ਼ਨ ਕੀਤਾ ਸੀ ਜਿਹਦੇ ਵਿੱਚ ਇੱਕ ਜੈਪਨੀਜ਼ ਔਰਤ ਜਿਹੜੀ ਸੀ ਉਹ ਵੀ ਪੰਜਾਬੀ ਬੋਲਣ ਦੀ ਸੀ ਦੇਖੋ ਜੀ ਇੱਕ ਮੈਂ ਹੋਰ ਵੀਡੀਓ ਦੇਖ ਰਿਹਾ ਸੀ ਜਿਹਦੇ ਵਿੱਚ ਇੱਕ ਚਾਈਨਾ ਦਾ ਬੰਦਾ ਵੀ ਇਹ ਪੰਜਾਬੀ ਬੋਲਣ ਦਿਆ ਸੀ ਯਾਨੀ ਕਿ ਪੂਰੀ ਦੁਨੀਆ ਦੇ ਵਿੱਚ ਬਹੁਤ ਸਾਰੇ ਐਸੇ ਲੋਕ ਮੌਜੂਦ ਨੇ ਜਿਹੜੇ ਪੰਜਾਬੀ ਬੋਲ
ਬੋਲਦੇ ਨੇ, ਪੰਜਾਬੀ ਸਿੱਖਣਾ ਚਾਹੁੰਦੇ ਨੇ। ਬਹੁਤ ਸਾਰੇ ਅੰਗਰੇਜ਼ ਜਿਹੜੇ ਨੇ ਉਹ ਪੰਜਾਬੀ ਬੋਲਦੇ ਵੀ ਨੇ, ਜਿਸ ਤਰ੍ਹਾਂ ਕਿ ਵੀਡੀਓ ਦੇ ਵਿੱਚ ਦੇਖਿਆ ਉਹਨਾਂ ਨੇ ਕਿੱਡੀ ਵਧੀਆ ਗੱਪਸ਼ਪ ਕੀਤੀ। ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਪੰਜਾਬੀ ਜਿਹੜੀ ਆ ਉਹ ਕਿੰਜ ਸਿੱਖੀ, ਪੰਜਾਬੀ ਲੋਕਾਂ ਦੇ ਨਾਲ ਉਹਨਾਂ ਨੇ ਕਿੰਜ ਗੱਲਬਾਤ ਜਿਹੜੀ ਹੈ ਉਹ ਸ਼ੁਰੂ ਕੀਤੀ ਹੈ। ਬਾਕੀ ਗੋਰੇ ਨੇ, ਦੇਸੀ ਗੋਰੇ ਨੇ ਬਹੁਤ ਹੀ ਵਧੀਆ ਪੰਜਾਬੀ ਬੋਲੀ ਹੈ ਅਤੇ ਬਹੁਤ ਵਧੀਆ ਲੱਗਾ ਹੈ ਕਿ ਸਾਡੀ ਮਾਂ ਬੋਲੀ ਜ਼ਬਾਨ ਜਿਹੜੀ ਹੈ ਉਹ ਅਮੈਰੀਕਨ ਗੋਰੇ ਨੇ ਬੋਲੀ ਹੈ। ਬਹੁਤ ਵਧੀਆ ਅੰਦਾਜ਼ ਦੇ ਵਿੱਚ ਉਹਨਾਂ ਨੇ ਗੱਲਬਾਤ ਕੀਤੀ ਹੈ। ਬਾਕੀ ਵੀਡੀਓ ਦੇਖ ਕੇ ਜੋ ਮੈਨੂੰ ਲੱਗਦਾ ਸੀ ਮੈਂ ਆਪ ਜੀ ਨੂੰ ਦੱਸ ਦਿੱਤਾ ਹੈ, ਜੋ ਆਪ ਜੀ ਨੂੰ ਲੱਗਦਾ ਆਪ ਜੀ ਨੇ ਕਮੈਂਟ ਦੇ ਵਿੱਚ ਮੈਨੂੰ ਜ਼ਰੂਰ ਦੱਸਣਾ ਹੈ। ਅਤੇ ਮੈਂ ਐਂਡ 'ਤੇ ਕਹਿਣਾ ਚਾਹਾਂਗਾ, ਪੰਜਾਬੀ ਜ਼ਿੰਦਾਬਾਦ, ਪੰਜਾਬੀਅਤ ਜ਼ਿੰਦਾਬਾਦ। ਅਤੇ ਇਸ ਮੇਰੀ ਅੱਜ ਦੀ ਵੀਡੀਓ, ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ, ਉਦੋਂ ਤੱਕ ਮੈਨੂੰ ਦਿਓ ਇਜਾਜ਼ਤ, ਰੱਬ ਰਾਖਾ।